ਜਿਹੜਾ ਟਰੰਕ ਮਿਲਿਆ ਹੈ ਖਾਲੀ ਪਲਾਂਟ ਵਿੱਚ, ਇਹ ਕਿੰਦਾ ਹੈ ਤੇ ਕਿੱਧਰੋਂ ਚੱਕਿਆ ਗਿਆ? ਇਹ ਆਪਣਾ ਹੈਗਾ ਜੀ, ਇੱਥੇ ਇਹਦੇ ਵਿੱਚ ਬੈੱਡ ਦੇ ਵਿੱਚ ਪਿਆ ਸੀਗਾ, ਲੌਕਡ ਸੀਗਾ। ਨੁਕਸਾਨ ਕਿੰਨਾ ਕੁ ਹੋਇਆ ਜੀ ਤੁਹਾਡਾ ਅੰਦਾਜ਼ਾ? ਨੁਕਸਾਨ ਕੋਈ ਹੈ ਨਾ ਜੀ, ਇਹ ਮੇਰੇ ਜਿਹੜਾ ਟਰੰਕ ਹੈਗਾ ਮੇਰੇ ਕਜ਼ਨ ਦਾ ਹੈ ਜੀ, ਠੀਕ ਹੈ, ਅਤੇ ਉਹ ਹੈ ਨਾ ਮਲੇਸ਼ੀਆ ਹੈ, ਰੇਲਵੇ ਤੋਂ ਰਿਟਾਇਰਡ ਹੈਗਾ, ਅਤੇ ਉਹਦਾ ਸਮਾਨ ਹੈਗਾ ਜੀ। ਕਿੰਨਾ ਅੰਦਾਜ਼ਾ ਲਾਇਆ ਕਿਵੇਂ ਆਏ ਆ ਚੋਰ? ਇਹ ਚੋਰ ਡਾਕਖਾਨਾ ਜਿਹੜਾ ਤਾਂ ਪੁਰਾਣਾ ਸੀਗਾ, ਹਾਂਜੀ ਹਾਂਜੀ, ਉੱਧਰ ਦੀ ਆਇਆ ਜੀ। ਠੀਕ ਹੈ ਠੀਕ ਹੈ, ਅਤੇ ਤੁਹਾਡੇ ਘਰ ਸਾਨੂੰ ਅੱਜ ਪਤਾ ਲੱਗਿਆ, ਇਹ ਨਹੀਂ ਪਤਾ ਇਹ ਕੱਲ੍ਹ ਰਾਤ ਆਏ ਆ ਕਿ ਪਰਸੋਂ ਰਾਤ ਆਏ। ਅੱਛਾ, ਉੱਪਰ ਅਸੀਂ ਘੱਟ ਆਉਂਦੇ ਹੈਗੇ ਹਾਂ, ਇਹ ਨਹੀਂ ਪਤਾ ਇਹਦੇ ਕਿ ਕਦੋਂ ਆਏ। ਇਹ ਅੱਜ ਉੱਪਰ ਆਇਆ ਤਾਂ ਮੈਨੂੰ ਪਤਾ ਲੱਗਿਆ ਕਿ ਇਹ ਟੁੱਟੇ ਪਏ ਤਾਲੇ। ਆਹ ਮਾਮਲਾ ਇਹ ਜੀ ਕਿ ਸਾਡੇ 4 ਨੰਬਰ ਗਲੀ ਲਾਸਟ ਚੌਕ ਦੇ ਉੱਤੇ ਸੇਵਾ ਸਮਿਤੀ ਦੀ ਥਾਂ ਹੈ, ਉੱਥੇ ਬਾਹਰ ਤਾਲਾ ਟੁੱਟਿਆ ਪਿਆ ਸੀ, ਕਾਫੀ ਟਾਈਮ ਤੋਂ ਬੰਦ ਆ ਉਹ। ਅਤੇ ਜਦੋਂ ਉੱਥੇ ਲੋਕਾਂ ਨੇ ਵੇਖਿਆ ਤਾਂ ਉਹਨਾਂ ਨੇ ਅੰਦਰ ਜਾ ਕੇ ਵੇਖਿਆ ਤਾਂ ਅੰਦਰ 2 ਮੁੰਡੇ ਬੈਠੇ ਸੀਗੇ, ਮੁੰਡੇ ਬੈਠੇ ਸੀਗੇ ਅਤੇ ਨਾਲ ਦੇ ਘਰ ਦੇ ਉੱਤੇ ਚੜ੍ਹੇ ਹੋਏ ਸੀ, ਉਹਨਾਂ ਦਾ ਸਮਾਨ ਵੀ ਸਾਰਾ ਬਿਖਰਿਆ ਪਿਆ, ਕਮਰੇ ਉਹਨਾਂ ਨੇ ਫਲੋਰੇ ਹੈ। ਅਤੇ ਹੁਣ PCR ਬੁਲਾਈ ਹੈ ਅਤੇ ਵੇਖੋ ਮੁਲਾਜ਼ਮਾਂ ਦੇ ਸਪੁਰਦ ਕਰਨੇ ਕੀ ਕਰਦੇ, ਕੀ ਕਾਰਵਾਈ ਦੀ ਮੰਗ ਕਰਦੇ ਹੋ ਇਸ ਤਰ੍ਹਾਂ? ਸ਼ਹਿਰ ਦੇ ਵਿੱਚ ਲਗਾਤਾਰ ਜਿਹੜੀ ਚੋਰੀਆਂ ਹੋ ਰਹੀਆਂ, ਜਿਹੜਾ ਵੀ ਪੁਲਿਸ ਪ੍ਰਸ਼ਾਸਨ ਹੈ ਉਹ ਇਹਨਾਂ 'ਤੇ ਨਕੇਲ ਪਾਵੇ ਕਿ ਆਮ ਆਦਮੀ ਸੌਖਾ ਹੋਵੇ। ਮੈਂ ਅਭੀ ਦੁਕਾਨ ਸੇ ਘਰ ਪੇ ਆਇਆ ਤੋ ਅੰਕਲ ਔਰ ਰਾਜੀਵ ਭਈਆ ਦੋਨੋਂ ਬਾਈਕ ਪੇ ਭਾਗੇ, ਤੋ ਮੈਂ ਵੀ ਐਕਟਿਵਾ ਲੈ ਕੇ ਪਿੱਛੇ ਪਿੱਛੇ ਉਨਕੇ ਗਿਆ, ਤੋ ਇਹ ਸੇਵਾ ਸਮਿਤੀ ਕੇ ਪਾਸ ਜੋ ਗਲੀ ਹੈ ਉਧਰ ਸੇ ਅੰਦਰ ਘੁਸ ਗਿਆ ਥਾ, ਉਧਰ ਆ ਕੇ ਇਸਕੋ ਐਕਟਿਵਾ ਪੇ ਮੈਨੇ ਪਕੜ ਲਿਆ ਥਾ। ਕਹਾਂ ਪਕੜਾ ਹੈ? ਕਹਾਂ ਇਹ 4 ਨੰਬਰ ਸੇ 2 ਦਿਨ ਪਹਿਲੇ, ਇਹ ਆਜ ਔਰ ਕੱਲ ਰਾਤ ਕੋ 2 ਦਿਨ ਸੇ ਇਨਕੇ ਘਰ ਪੇ ਚੋਰੀ ਹੋਈ ਥੀ, ਵੋ ਹਮੇ ਉਸੀ ਬਿਹਾਫ ਪੇ ਲੱਗ ਰਹਾ ਯਹੀ ਚੋਰ ਹੈ, ਇਸਨੇ ਚੋਰੀ ਕਰੀ ਹੈ ਜੋ। ਨਾਮ ਕੀ ਹੈ ਤੇਰਾ? ਚੋਰੀ ਨੀ ਕਰਦਾ ਤੂੰ? ਨਹੀਂ ਚੋਰੀ ਨੀ ਕਰਦਾ। ਹੋਰ ਕੀ ਕਰਦਾ? ਕਿਹੜੇ ਮਹੱਲੇ ਚ? ਅੱਜ ਸਵੇਰੇ ਮੈਂ ਨਾ ਉੱਪਰ ਗਿਆ ਮੈਂ ਚੁਬਾਰੇ 'ਚ, ਅਤੇ ਉੱਥੇ ਇੱਕ ਸੰਦੂਕ ਪਿਆ, ਸੰਦੂਕ ਦੇ ਵਿੱਚ ਨਾ ਪੁਰਾਣਾ ਪਿੱਤਲ ਵਗੈਰਾ ਪਿਆ ਸੀਗਾ, ਉਹਦਾ ਕੁੰਡਾ ਟੁੱਟਿਆ ਸੀਗਾ, ਕੁੰਡਾ ਟੁੱਟਿਆ ਸੀਗਾ, ਤਾਂ ਉਹ ਦੇਖਿਆ ਤਾਂ ਉੱਥੇ ਪਿੱਤਲ ਵਗੈਰਾ ਦੇ ਬਰਤਨ ਸੀਗੇ ਪੁਰਾਣੇ, ਉਹ ਗਾਇਬ ਪੈ ਗਏ ਸੀਗੇ। ਉਸ ਤੋਂ ਬਾਅਦ ਮੈਂ ਨਾ ਦੂਸਰੇ ਕਮਰੇ 'ਚ ਆਇਆ, ਉਹਦਾ ਵੀ ਲੌਕ ਸੀਗਾ ਜੀ, ਉਹਦਾ ਬੈੱਡ ਹੈਗਾ, ਉਹਦੇ ਵਿੱਚ ਵੀ ਇਹਨਾਂ ਅੰਦਰੋਂ ਸਮਾਨ ਗਾਇਬ ਹੈਗਾ। ਅਤੇ ਫਿਰ ਇੱਕ ਹੋਰ ਕਮਰਾ ਹੈਗਾ ਆਪਣੇ 9 ਦਾ, ਇਹਨਾਂ ਬੈੱਡ ਲੱਗਿਆ ਉੱਥੇ, ਤਾਂ ਬੱਚਾ ਬੇਟਾ ਮੇਰਾ ਬਾਹਰ ਰਹਿੰਦਾ ਹੈਗਾ, ਉੱਥੋਂ ਵੀ ਇਹਨਾਂ ਸਮਾਨ ਗਾਇਬ ਹੈਗਾ, ਯਾਨੀ ਉਹਦੇ ਇਹਨੇ ਲੌਕ ਲੱਗੇ ਸੀ, ਲੌਕ ਪੱਟੇ ਹੋਏ ਆ। ਵਾਰਦਾਤ ਕਦੋਂ ਦੀ ਹੈ? ਵਾਰਦਾਤ ਮੈਨੂੰ ਸਵੇਰੇ ਪਤਾ ਲੱਗਿਆ। ਅੱਛਾ, ਸਵੇਰੇ ਪਤਾ ਲੱਗਿਆ? ਸਵੇਰੇ ਪਤਾ ਲੱਗਿਆ, ਇਹਨੇ ਪਤਾ ਕਿ ਅੱਜ ਦੀ ਹੈ ਕਿ ਕੱਲ੍ਹ ਦੀ ਹੈ, ਅੱਛਾ ਠੀਕ ਹੈ, ਪਰਸੋਂ ਦੀ ਹੈ। ਅੱਛਾ ਅੱਛਾ, ਕਿਉਂਕਿ ਅਸੀਂ 2 ਜਣੇ ਰਹਿੰਦੇ ਹਾਂ ਜੀ, ਮੈਂ ਅਤੇ ਮੇਰੇ ਵਾਈਫ ਹੈਗੀ ਹੈ, ਮੈਂ BSNL ਤੋਂ ਰਿਟਾਇਰਡ ਹੈਗਾ, ਠੀਕ ਹੈ ਜੀ, ਅਤੇ 2 ਜਣੇ ਰਹਿੰਦੇ ਹੈਗੇ, ਬੱਚੇ ਮੇਰੇ ਬਾਹਰ ਰਹਿੰਦੇ ਹੈਗੇ, ਉੱਪਰ ਨਾ ਘੱਟ ਜਾਂਦੇ ਹੈਗੇ ਜੀ, ਉੱਪਰ ਗਏ ਸੀਗੇ। ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ? ਕਿੰਨਾ ਕੁ ਸਮਾਨ ਤਾਂ ਜੀ ਉਹਨੂੰ ਕਹਿ ਨਹੀਂ ਸਕਦੇ ਜੀ, ਸਮਾਨ ਦਾ ਪਿੱਤਲ ਦਾ ਹੁਣ ਕੀ, ਪੁਰਾਣਾ ਪਿੱਤਲ ਹੈਗਾ ਜੀ। ਅੱਛਾ, ਕਿੰਨਾ ਕੁ ਪਿੱਤਲ ਹੈਗਾ ਕਹਿ ਨਹੀਂ ਸਕਦੇ ਜੀ। ਚੋਰੀ ਕੀਤੀ ਹੈ, ਅੰਦਰ ਬੈਠਾ ਸੀਗਾ ਜੀ। ਕੀ ਕਾਰਵਾਈ ਦੀ ਮੰਗ ਕਰਦੇ ਹੋ? ਪੁਲਿਸ ਨੂੰ ਸੂਚਨਾ ਕਰਦੇ? ਸਾਡਾ ਸਮਾਨ ਜੇ ਇਹਨੇ ਚੋਰੀ ਕੀਤੀ ਹੈਗੀ, ਸੱਚਾ ਹੈਗਾ ਤਾਂ ਸਮਾਨ ਦੇ ਦੇਵੇ ਜੀ, ਕਹਿੰਦਾ ਮੈਂ ਇਹਨਾਂ ਚੋਰ ਨਹੀਂ ਹੈਗਾ, ਚੋਰ ਨਹੀਂ ਹੈਗਾ ਤਾਂ ਭੱਜਿਆ ਕਿਉਂ ਜੀ ਇਹ? ਨਹੀਂ, ਕੀ ਕਾਰਵਾਈ ਦੀ ਮੰਗ ਕਰਦੇ ਹੋ? ਪੁਲਿਸ ਨੂੰ ਸੂਚਨਾ ਦਿੱਤੀ ਹੈ ਕਿ ਨਹੀਂ? ਪੁਲਿਸ ਨੂੰ ਇੱਥੇ ਰਾਘਵ ਜੀ ਹੈਗੇ ਆ ਪੈੜੀਵਾਲ, ਉਹਨਾਂ ਨੇ ਸੂਚਨਾ ਕੀਤੀ ਹੈ।